ਮੈਂ ਬੇਨਤੀ ਕਰਾਂਗਾ ਸਰਦਾਰ ਪਰਮਜੋਤ ਸਿੰਘ ਜੀ ਗੁਰਸਿੱਖ ਫੈਮਿਲੀ ਕਲੱਬ ਵੱਲੋਂ ਸਾਡੇ ਕੋਲ ਪਹੁੰਚੇ ਨੇ, ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਜੀ ਸਰਦਾਰ ਮਿੰਦਰ ਸਿੰਘ ਜੀ ਸਿੱਖ ਪੰਜਾਬੀ ਮਾਂ ਬੋਲੀ ਦੇ ਜਿਹੜੇ ਬਹੁਤ ਪ੍ਰਚਾਰ ਕਰ ਰਹੇ ਨੇ ਉਹ ਵੀ ਆਏ ਨੇ, ਉਸ ਤੋਂ ਬਾਅਦ ਉਹ ਆਪਣੇ ਵਿਚਾਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਦੇ ਪਾਵਨ ਗੋਦ ਦੇ ਅੰਦਰ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਵੀਰ ਸਾਹਿਬ ਸਿੰਘ ਜੀ ਨੇ ਸਾਡੇ ਨਾਲ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਅੱਜ ਦੇ ਦਿਨ ਦੇ ਬਾਰੇ ਸਾਂਝੀਆਂ ਕੀਤੀਆਂ ਨੇ, ਰਿਪੀਟ ਜ਼ਿਆਦਾ ਨਾ ਕਰਾਂ ਮੈਂ, ਪਰ ਅਸੀਂ ਇਕੱਤਰ ਇਸੇ ਲਈ ਹੋਏ ਹਾਂ ਕਿ ਅਸੀਂ ਵਾਰ ਵਾਰ ਯਾਦ ਕਰ ਸਕੀਏ ਕਿ ਭੁੱਲੀਏ ਨਾ। ਬਚਪਨ 'ਚ ਜਦੋਂ ਅਸੀਂ ਸਕੂਲ 'ਚ ਪੜ੍ਹਦੇ ਸੀਗੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਲੇਖ ਨੇ ਉਹਨਾਂ ਦੇ ਬਾਰੇ ਜਿਹੜਾ ਲੇਖ ਲਿਖਣਾ ਕਿ ਗੁਰੂ ਨਾਨਕ ਸਾਹਿਬ ਦੀ ਜੀਵਨੀ ਲਿਖੋ, ਉਸ ਵੇਲੇ ਵੀ ਅਸੀਂ ਲਿਖਦੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 ਨੂੰ ਰਾਏ ਭੋਜ ਦੀ ਤਲਵੰਡੀ, ਜਿਹੜਾ ਅੱਜ ਨਨਕਾਣਾ ਸਾਹਿਬ ਕਰਕੇ ਜਾਣਿਆ ਜਾਂਦਾ, ਪਾਕਿਸਤਾਨ ਦੀ ਧਰਤੀ 'ਤੇ ਹੋਇਆ। ਉਦੋਂ ਵੀ ਬੜੀ ਹੈਰਾਨੀ ਹੁੰਦੀ ਸੀ ਕਿ ਅਸੀਂ ਲਿਖਦੇ ਤਾਂ ਪਏ ਹਾਂ 15 ਅਪ੍ਰੈਲ, ਮਨਾਉਂਦੇ ਪਏ ਹਾਂ ਜਾ ਕੇ ਸਰਦੀਆਂ ਦੇ ਵਿੱਚ ਕੱਤਕ ਨੂੰ, ਬੜੀ ਹੈਰਾਨੀ ਹੁੰਦੀ ਸੀ, ਪਰ ਸਮਝ ਨਹੀਂ ਆਉਂਦੀ ਸੀ ਕਿ ਹਾਂ ਕੀ ਗੱਲ ਕੀ ਹੈ। ਬਸ ਇਹੀ ਕਹਿ ਦਿੱਤਾ ਜਾਂਦਾ ਸੀ ਚੱਲਦੀ ਰੀਤ ਦੇ ਮੁਤਾਬਕ, ਪਰ ਇਹ ਰੀਤ ਚਲਾਈ ਕਿੰਨੇ ਇਹ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ। ਪਰ ਜੇ ਇਤਿਹਾਸ ਨੂੰ ਅਸੀਂ ਕਿਤੇ ਨਾ ਕਿਤੇ ਵਾਚੀਏ ਤਾਂ ਜਿੰਨੀਆਂ ਕੁ ਵੀ ਕੁਰੀਤੀਆਂ ਸਿੱਖ ਸਮਾਜ ਦੇ ਵਿੱਚ ਜਾਂ ਗੁਰਦੁਆਰਾ ਪ੍ਰਬੰਧ ਦੇ ਵਿੱਚ ਆਈਆਂ, ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਕਾਰਨ, ਜਿਹੜਾ ਮੁੱਖ ਕਾਰਨ ਹੈ ਉਹ ਇਹੀ ਹੈ ਕਿ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋਏ, ਵੱਡੇ ਵੱਡੇ ਘੱਲੂਘਾਰੇ ਹੋਏ ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਇੱਕੋ ਇੱਕੋ ਦਿਨ ਦੇ ਵਿੱਚ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ, ਅਤੇ ਸਿੱਖਾਂ ਨੂੰ ਇਹ ਪੰਜਾਬ ਦੀ ਜਾਂ ਪੰਜਾਬ ਦੇ ਆਸ ਪਾਸ ਦੇ ਇਲਾਕੇ ਦੀ ਧਰਤੀ ਛੱਡ ਕੇ ਦੂਰ ਦੁਰਾਡੇ ਜਾਣਾ ਪਿਆ। ਉਸ ਸਮੇਂ ਜਿਹੜੇ ਇੱਥੇ ਗੁਰਦੁਆਰਾ ਸਾਹਿਬਾਨ ਸਨ, ਧਰਮਸ਼ਾਲਾ ਸਨ ਜਾਂ ਸਿੱਖ ਧਰਮ ਦੇ ਨਾਲ ਸੰਬੰਧਿਤ ਜਿਤਨੇ ਵੀ ਅਸਥਾਨ ਸਨ, ਉਹਨਾਂ ਦੇ ਉੱਤੇ ਸਿੱਖਾਂ ਦਾ ਜਿਹੜਾ ਕੰਟਰੋਲ ਹੈ ਉਹ ਨਹੀਂ ਰਹਿ ਗਿਆ ਸੀ, ਅਤੇ ਜਿਹੜਾ ਕੰਟਰੋਲ ਸੀ, ਜਿਹੜੇ ਅਸੀਂ ਕਹਿੰਦੇ ਕਿ ਨਿਰਮਲੇ ਸਿੱਖ ਅਸੀਂ ਕਹਿ ਦਿੰਦੇ ਹਾਂ ਜਾਂ ਸਾਧ ਬਾਬੇ ਜਿਹੜੇ ਨੇ, ਉਹਨਾਂ ਦਾ ਕੰਟਰੋਲ ਜਿਹੜਾ ਹੈ ਗੁਰਦੁਆਰਾ ਪ੍ਰਬੰਧਾਂ ਦੇ ਉੱਤੇ ਹੋ ਗਿਆ। ਤਾਂ ਉਹਨਾਂ ਨੇ ਕੀ ਕੀਤਾ ਕਿ ਜਿਸ ਤਰੀਕੇ ਦੇ ਨਾਲ ਮੰਦਰਾਂ ਦੇ ਵਿੱਚ ਜਾਂ ਹੋਰ ਉਹਨਾਂ ਦੇ ਪੁਰਾਣੇ ਧਰਮ ਅਸਥਾਨਾਂ ਦੇ ਵਿੱਚ ਠਾਕਰ ਦੁਆਰਿਆਂ ਦੇ ਵਿੱਚ ਪ੍ਰਬੰਧ ਚੱਲ ਰਿਹਾ ਸੀ, ਉਸੇ ਪ੍ਰਬੰਧ ਦੇ ਅਧੀਨ ਗੁਰਦੁਆਰਿਆਂ ਦੇ ਵਿੱਚ ਵੀ ਪ੍ਰਬੰਧ ਚਲਾਉਣਾ ਸ਼ੁਰੂ ਕਰਤਾ। ਹੁਣ ਅਸਰ ਇਹ ਹੋਇਆ ਕਿ ਕਈ ਸਾਲਾਂ ਤੱਕ, ਦਹਾਕਿਆਂ ਤੱਕ ਇਹ ਪ੍ਰਬੰਧ ਨਿਰਮਲਿਆਂ ਦੇ ਕੋਲ ਜਾਂ ਸਿੱਖੀ ਸਰੂਪ ਦੇ ਵਿੱਚ ਦੂਸਰੇ ਧਰਮ ਦੇ ਜਿਹੜੇ ਸਾਧ ਸੰਤ ਸਨ ਉਹਨਾਂ ਦੇ ਕੋਲ ਇਹ ਪ੍ਰਬੰਧ ਰਿਹਾ। ਜੇ ਤੁਸੀਂ ਅੱਜ ਵੀ ਕਿਤੇ ਪਿੰਡਾਂ ਦੇ ਵਿੱਚ ਜਾਓ ਦੂਰ ਦੁਰਾਡੇ ਦੇ ਵਿੱਚ, ਤਾਂ ਉੱਥੇ ਵੀ ਕਈ ਹਜੇ ਵੀ ਡੇਰੇ ਨੇ ਜਿਨ੍ਹਾਂ ਦੇ ਮੁਖੀ ਦੇਖਣ ਦੇ ਵਿੱਚ ਸਰਦਾਰ ਨੇ, ਪੱਗਾਂ ਬੰਨਦੇ ਨੇ, ਪਰ ਉਹਨਾਂ ਦੇ ਨਾਮ ਜਿਹੜੇ ਨੇ ਸਿੱਖਾਂ ਵਾਲੇ ਨਹੀਂ ਨੇ, ਉਹ ਨਾਮ ਪੁਰਾਣੇ ਹੀ ਨਾਮ ਵਰਤਦੇ ਪਏ ਨੇ। ਉਹਨਾਂ ਦੀਆਂ ਮੂਰਤੀਆਂ ਵੀ ਗੁਰਦੁਆਰਿਆਂ ਦੇ ਵਿੱਚ ਲੱਗੀਆਂ ਨੇ,
ਉਹ ਪੂਰੇ ਦਾ ਪੂਰਾ ਪ੍ਰਬੰਧ ਜਿਹੜਾ ਹੈ ਗੁਰਦੁਆਰਿਆਂ ਦੇ ਵਿੱਚ ਹਿੰਦੂ ਮੰਦਿਰਾਂ ਦੇ ਵਾਂਗੂ ਹੀ ਚਲਾ ਰਹੇ ਨੇ। ਵੈਸੇ ਮੈਂ ਖੁਦ ਪੜ੍ਹਿਆ ਨਹੀਂ ਇਹ ਗੱਲ ਨੂੰ, ਪਰ ਬਚਪਨ ਤੋਂ ਹੀ ਕਈ ਲੋਕਾਂ ਦੇ ਕੋਲੋਂ ਸੁਣਿਆ ਹੈ। ਉਹ ਕੀ ਗੱਲ ਹੈ, ਕਹਿੰਦੇ ਨੇ ਕਿ ਕੱਤਕ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਕਿਉਂ ਸ਼ੁਰੂ ਕੀਤਾ। ਇੱਕ ਨੁਕਤਾ ਹੈ, ਪਰ ਮੈਂ ਇਹ ਨਹੀਂ ਕਹਿੰਦਾ ਕਿ ਇਹੀ ਨੁਕਤਾ ਹੀ ਬਿਲਕੁਲ ਸਹੀ ਹੈ, ਪਰ ਮੈਂ ਸੁਣਿਆ ਕਿ ਮੈਂ ਪੜ੍ਹਿਆ ਨਹੀਂ ਕਿਤੇ। ਮੈਂ ਇਸੇ ਲਈ ਪਹਿਲਾਂ ਇਸ ਗੱਲ ਨੂੰ ਸਪਸ਼ਟ ਕਰ ਰਿਹਾ ਕਿ ਤੁਸੀਂ ਇਸੇ ਗੱਲ ਨੂੰ ਬਿਲਕੁਲ ਸੱਚਾ ਨਾ ਮੰਨਣਾ, ਪਰ ਇਹ ਨੁਕਤਾ ਇੱਕ ਜਿਹੜੀ ਗੱਲ ਮੈਂ ਕਰਨ ਲੱਗਾ ਉਹ ਕੀ ਹੈ, ਕਹਿੰਦੇ ਨੇ ਕਿ ਹਿੰਦੂ ਮੈਥੋਲੋਜੀ ਦੇ ਅਕੋਰਡਿੰਗ, ਹਿੰਦੂ ਸੱਭਿਅਤਾ ਦੇ ਅਕੋਰਡਿੰਗ, ਉਹਨਾਂ ਦੇ ਧਰਮ ਗ੍ਰੰਥਾਂ ਦੇ ਮੁਤਾਬਕ ਅਲੱਗ ਅਲੱਗ ਦਿਨਾਂ ਦੇ ਉੱਤੇ ਜਨਮੇ ਜਿਹੜੇ ਵਿਅਕਤੀ ਨੇ ਉਹਨਾਂ ਦੀ ਵਿਸ਼ੇਸ਼ਤਾ ਵੱਖਰੀ ਹੁੰਦੀ ਹੈ। ਕਿ ਜਿਵੇਂ ਆਪਾਂ ਜਨਮ ਪੱਤਰੀਆਂ ਦੇਖਦੇ ਹਾਂ, ਜੋਤਸ਼ੀਆਂ ਦੇ ਕੋਲ ਜਾਂਦੇ ਹਾਂ, ਤਾਂ ਉਹ ਸਾਨੂੰ ਕਹਿੰਦੇ ਨੇ ਕਿ ਆਹ ਖਾਸ ਦਿਨ ਜੰਮਿਆ ਬੰਦਾ ਜਿਹੜਾ ਉਹਦੀ ਮਹਾਨਤਾ ਜ਼ਿਆਦਾ ਹੈ, ਅਤੇ ਕਿਸੇ ਖਾਸ ਦਿਨ ਜੰਮਿਆ ਬੰਦਾ ਉਹਦੀ ਮਹਾਨਤਾ ਘੱਟ ਹੈ, ਉਹ ਕਦੀ ਵੀ ਚੰਗਾ ਬੰਦਾ ਬਣ ਹੀ ਨਹੀਂ ਸਕਦਾ। ਕਿ ਇਹ ਤਾਂ ਇਸੇ ਦਿਨ ਜੰਮਿਆ, ਇਹਦੇ ਤਾਂ ਮਾੜੇ ਕਰਮ ਨੇ, ਇਹਨੇ ਸਾਰੀ ਜ਼ਿੰਦਗੀ ਮਾੜੇ ਹੀ ਕੰਮ ਕਰਨੇ ਨੇ, ਇਹੋ ਜਿਹੀ ਅਸੀਂ ਗੱਲਾਂ ਆਮ ਸੁਣਦੇ ਹਾਂ, ਸਾਰਿਆਂ ਨੂੰ ਪਤਾ। ਅਤੇ ਇਹ ਵੀ ਕਹਿੰਦੇ ਨੇ ਕਿ ਇਸ ਜਗ੍ਹਾ 'ਤੇ ਜੰਮਿਆ ਬੰਦਾ ਅਤੇ ਦੂਸਰੀ ਜਗ੍ਹਾ 'ਤੇ ਜੰਮਿਆ ਬੰਦਾ ਦੋਨਾਂ ਦੇ ਵਿੱਚ ਵੀ ਜਿਹੜਾ ਹੈ ਉਹਦਾ ਫਰਕ ਹੈ। ਅਤੇ ਆਮ ਤੌਰ ਦੇ ਉੱਤੇ ਗੱਲ ਮੈਂ ਪਹਿਲਾਂ ਸੁਣਦਾ ਰਿਹਾ, ਕਹਿੰਦੇ ਨੇ ਕਿ ਜੋਤਿਸ਼ ਦੇ ਵਿੱਦਿਆ ਦੇ ਮੁਤਾਬਕ ਕਿ ਜਿਹੜਾ ਕੱਤਕ ਦੀ ਪੂਰਨਮਾਸ਼ੀ ਨੂੰ ਜਿਹੜਾ ਬੰਦਾ ਜੰਮਿਆ ਉਹਦੀ ਮਹਾਨਤਾ ਘੱਟ ਹੁੰਦੀ ਹੈ। ਕਹਿੰਦੇ ਨੇ ਕਿ ਕੁਝ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਮਹਾਨਤਾ ਨੂੰ ਕਿਤਾਬੀ ਰੂਪ ਦੇ ਵਿੱਚ ਘਟਾਉਣ ਵਾਸਤੇ ਇਹ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹੈ ਉਸ ਦਿਨ ਦੇ ਉੱਤੇ ਜਾ ਕੇ ਜੋੜਤਾ, ਜਿਸ ਦਿਨ ਜੋਤਿਸ਼ ਦੀਆਂ ਕਿਤਾਬਾਂ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਜੰਮੇ ਤਾਂ ਉਹਦੀ ਮਹਾਨਤਾ ਜ਼ਿਆਦਾ ਨਹੀਂ ਹੈ। ਜਿਵੇਂ ਭਗਤ ਕਬੀਰ ਜੀ ਦੇ ਇੱਕ ਗੁਰਬਾਣੀ ਦੀ ਤੁੱਕ ਆਪਾਂ ਪੜ੍ਹਦੇ ਹਾਂ, ਹਾਂ, ਮਰਤੀ ਬਾਰ ਮਗਹਰ ਉੱਠ ਆਇਆ, ਉਹਦੇ 'ਚ ਕੀ ਹੈ, ਮਗਹਰ ਇੱਕ ਇਲਾਕੇ ਦਾ ਨਾਮ ਹੈ ਜਿਹੜਾ ਹਰਿਦੁਆਰ ਦੇ ਥੋੜ੍ਹਾ ਨੇੜੇ ਹੀ ਹੈਗਾ। ਉੱਥੇ ਕੀ ਮੰਨਿਆ ਜਾਂਦਾ ਕਿ ਜੇ ਹਰਿਦੁਆਰ 'ਚ ਕਿਸੇ ਨੇ ਪ੍ਰਾਣ ਤਿਆਗੇ ਨੇ ਉਹ ਸਿੱਧਾ ਸਵਰਗਾਂ ਨੂੰ ਜਾਏਗਾ। ਜੇ ਕਿਸੇ ਦਾ ਹਰਿਦੁਆਰ ਦੇ ਵਿੱਚ ਪ੍ਰਾਣ ਤਿਆਗੇ ਤੇ ਉਹ ਸਿੱਧਾ ਜਾਏਗਾ ਸਵਰਗਾਂ 'ਚ। ਇਸੇ ਲਈ ਲੋਕੀ ਬਜ਼ੁਰਗੀ ਉਮਰ ਦੇ ਵਿੱਚ ਜਾ ਕੇ ਹਰਿਦੁਆਰ ਬਿਰਧ ਆਸ਼ਰਮ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ। ਹਰਿਦੁਆਰ ਤੋਂ ਹੀ ਥੋੜ੍ਹੀ ਦੂਰ ਦੇ ਉੱਤੇ ਮਗਹਰ ਇੱਕ ਇਲਾਕਾ ਹੈ, ਉੱਥੇ ਕੀ ਮੰਨਿਆ ਜਾਂਦਾ ਕਿ ਜੇਕਰ ਉੱਥੇ ਕੋਈ ਬੰਦਾ ਮਰ ਜਾਏ, ਕਹਿੰਦੇ ਉਹ ਸਵਰਗਾਂ 'ਚ ਨਹੀਂ ਜਾਂਦਾ, ਉਹ ਨਰਕਾਂ ਨੂੰ ਜਾਂਦਾ। ਅਤੇ ਭਗਤ ਕਬੀਰ ਜੀ ਨੇ ਕੀ ਕੀਤਾ, ਕਹਿੰਦੇ ਨੇ ਕਿ ਮੈਂ ਇਸ ਜਿਹੜੀ ਪ੍ਰਥਾ ਹੈ ਇਹਨੂੰ ਤੋੜਨਾ ਹੈ। ਕਹਿੰਦੇ ਨੇ ਜਦੋਂ ਉਹਨਾਂ ਦੀ ਬਜ਼ੁਰਗੀ ਉਮਰ ਆਈ, ਜਦੋਂ ਉਹਨਾਂ ਨੂੰ ਲੱਗਿਆ ਕਿ ਮੇਰੇ ਹੁਣ ਸਵਾਸ ਘੱਟ ਨੇ, ਕਹਿੰਦੇ ਨੇ ਉਹ ਹਰਿਦੁਆਰ ਦੇ ਇਲਾਕੇ ਤੋਂ ਉੱਠ ਕੇ ਮਗਹਰ ਚਲੇ ਗਏ। ਕਹਿੰਦੇ ਮੈਂ ਤਾਂ ਮਰਨਾ ਇੱਥੇ ਹੀ ਹੈ। ਕਹਿੰਦੇ ਨੇ ਕਿ ਜੇ ਤੁਸੀਂ ਮੰਨਦੇ ਹੋ ਕਿ ਇੱਥੇ ਮਰੇ ਬੰਦੇ ਨੂੰ ਨਰਕ ਮਿਲਦਾ, ਮੈਂ ਤਾਂ ਇੱਥੇ ਹੀ ਮਰੂੰਗਾ। ਕਿਉਂਕਿ ਜਿਹੜਾ ਸਿਧਾਂਤ ਸਾਨੂੰ ਗੁਰਬਾਣੀ ਸਮਝਾ ਰਹੀ ਹੈ ਉਹ ਇਹੀ ਹੈ ਕਿ ਨਾ ਅਸੀਂ ਸਵਰਗ ਦੇ ਲਾਲਚ ਚਾਹੁੰਦੇ ਹਾਂ, ਨਾ ਨਰਕ ਦੇ ਡਰ ਵਿੱਚ ਹੈਗੇ ਹਾਂ। ਕਿ ਜੇ ਸਵਰਗ ਦੇ ਲਾਲਚ ਦੇ ਵਿੱਚ ਅਸੀਂ ਬਾਣੀ ਪੜ੍ਹ ਰਹੇ ਹਾਂ, ਚੰਗੇ ਕਰਮ ਕਰ ਰਹੇ ਹਾਂ, ਤਾਂ ਫਿਰ ਸਾਡੇ ਪਰ ਚੰਗੇ ਕਰਮ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਅਸੀਂ ਲਾਲਚ ਬਿਰਤੀ ਦੇ ਵਿੱਚ ਆ ਰਹੇ ਹਾਂ। ਅਤੇ ਜੇ ਅਸੀਂ ਨਰਕ ਦੇ ਡਰ ਤੋਂ ਅਸੀਂ ਚੰਗੇ ਕੰਮ ਕਰ ਰਹੇ ਹਾਂ, ਤਾਂ ਫਿਰ ਵੀ ਕੋਈ ਫਾਇਦਾ ਨਹੀਂ, ਕਿਉਂਕਿ ਅਸੀਂ ਡਰ ਕੇ ਕਰ ਰਹੇ ਹਾਂ। ਨਾ ਲਾਲਚ ਦੇ ਵਿੱਚ ਕਰੀਏ ਅਤੇ ਨਾ ਡਰ ਦੇ ਵਿੱਚ ਕਰੀਏ। ਚੰਗੇ ਕਰਮ ਕਰਨੇ ਨੇ ਉਹ ਚੰਗਾ ਇਨਸਾਨ ਹੋਣ ਦੇ ਨਾਤੇ, ਕਿ ਹਾਂ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੇ ਕੰਮ ਕਰੀਏ। ਅਸੀਂ ਚੰਗੇ ਕੰਮ ਤਾਂ ਕਰਨੇ ਨੇ ਨਾ ਲਾਲਚ ਦੇ ਵਿੱਚ ਅਤੇ ਨਾ ਡਰ ਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਦੀ ਜੇਕਰ ਗੱਲ ਕਰੀਏ ਤਾਂ ਗੁਰਬਾਣ ਅੱਜ ਗੁਰਦੁਆਰਾ ਸਾਹਿਬ ਧਰਮ ਸਥਾਨ ਜਿਹੜਾ ਅਸੀਂ ਇੱਥੇ ਬੈਠੇ ਹਾਂ, ਇਹ ਵੀ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਬਣਿਆ ਹੋਇਆ, ਠੀਕ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਅਤੇ ਮੁਬਾਰਕ ਹੈ। ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਇਹ ਵਧਾਈ ਦਿੰਦਾ ਕਿ ਅੱਜ ਉਹਨਾਂ ਨੇ ਇਹ ਇਨੀਸ਼ੀਏਟ ਲਿਆ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮੂਲ ਜਨਮ ਦਿਨ ਜਿਹੜਾ ਹੈ ਉਹ ਮੰਨਿਆ ਜਾਂਦਾ ਉਸ ਨੂੰ ਅਸੀਂ ਮਨਾ ਰਹੇ ਹਾਂ।
ਤੇ ਅਸੀਂ ਇਹ ਛੋਟੀ ਛੋਟੀ ਕੋਸ਼ਿਸ਼ ਜੇਕਰ ਹੈ ਲਗਾਤਾਰ ਕਰਦੇ ਰਹਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭੁਲੇਖਾ ਹੈ ਉਹ ਖਤਮ ਹੋ ਜਾਏਗਾ। ਪਰ ਇੱਕ ਗੱਲ ਨਾਲ ਮੈਂ ਇਹ ਵੀ ਜੋੜਨੀ ਚਾਹਾਂਗਾ ਕਿ ਜੇਕਰ ਜਦ ਤੱਕ ਆਮ ਸੰਗਤ ਨੂੰ ਇਸ ਬਾਰੇ ਕੋਈ ਪੂਰਾ ਗਿਆਨ ਨਹੀਂ ਹੋ ਜਾਂਦਾ ਜਾਂ ਕਲੈਰਿਟੀ ਨਹੀਂ ਹੋ ਜਾਂਦੀ, ਉਸ ਦਿਨ ਤੱਕ ਕਦੀ ਵੀ ਗੁਰਪੁਰਬ ਮਨਾ ਲਓ, ਕੋਈ ਦਿੱਕਤ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਕਿਸੇ ਦਿਨ ਦੇ ਨਾਲ ਬੰਨੇ ਨਹੀਂ ਹੋਏ। ਗੁਰੂ ਸਾਹਿਬ ਜੀ ਇਹ ਨਹੀਂ ਕਿ ਕਿਸੇ ਖਾਸ ਦਿਨ ਅਸੀਂ ਗੁਰੂ ਸਾਹਿਬ ਨੂੰ ਯਾਦ ਕਰੀਏ, ਜਿਸ ਦਿਨ ਵੀ ਗੁਰੂ ਸਾਹਿਬ ਜੀ ਨੂੰ ਯਾਦ ਕਰ ਲਿਆ ਉਹੀ ਸਾਡਾ ਗੁਰਪੁਰਬ ਹੈ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ। ਇਹ ਹੁਣ ਜਿੱਤ ਤੁਮਰੇ ਦੁਆਰੇ ਦਾ ਆਇਆ ਮਤਲਬ ਇਹ ਨਹੀਂ ਕਿ ਜਿਹੜੇ ਟਾਈਮ ਮੈਂ ਗੁਰਦੁਆਰੇ ਆ ਗਿਆ, ਇੱਥੇ ਇਹ ਮਤਲਬ ਨਹੀਂ ਹੈ ਕਿ ਜਦੋਂ ਮੈਂ ਪਰਮਾਤਮਾ ਜੀ ਤੁਹਾਨੂੰ ਯਾਦ ਕਰ ਲਿਆ, ਜਦੋਂ ਮੈਂ ਤੁਹਾਡੀ ਯਾਦ ਦੇ ਵਿੱਚ ਜੁੜ ਗਿਆ, ਜਦੋਂ ਮੈਂ ਤੁਹਾਨੂੰ ਯਾਦ ਕਰਕੇ ਚੰਗੇ ਕਰਮ ਕਰਨੇ ਸ਼ੁਰੂ ਕਰਤੇ, ਮੰਨ ਲਓ ਮੈਂ ਤੁਹਾਡੇ ਦੁਆਰੇ ਆ ਗਿਆ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ। ਉਹ 4 ਵਜੇ ਸਵੇਰੇ ਵੀ ਹੋ ਸਕਦੇ ਨੇ, ਦੁਪਹਿਰ ਦੇ 4 ਵਜੇ ਵੀ ਹੋ ਸਕਦੇ ਨੇ, ਤੇ ਰਾਤ ਦੇ 12 ਵਜੇ ਵੀ ਹੋ ਸਕਦੇ ਨੇ। ਕੋਈ ਵੀ ਟਾਈਮ ਹੋ ਸਕਦਾ ਕਿ ਜਦੋਂ ਤੁਸੀਂ ਪਰਮਾਤਮਾ ਨੂੰ ਯਾਦ ਕਰਕੇ ਚੰਗੇ ਕਰਮਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰਤਾ, ਉਹੀ ਗੁਰਦੁਆਰੇ ਆਇਆ ਮੰਨ ਲਿਆ ਜਾਵੇ। ਹੁਣ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਥਾਂ ਪਰ ਥਾਂ ਦੇਖਦੇ ਹਾਂ ਤਾਂ ਸਾਨੂੰ ਚੰਗੇ ਕਰਮ ਕਰਨ ਦੀ ਹੀ ਤਾਕੀਦ ਕੀਤੀ ਹੈ, ਨਾ ਸਵਰਗ ਦੇ ਲਾਲਚ ਦੇ ਵਿੱਚ ਅਤੇ ਨਾ ਨਰਕ ਦੇ ਡਰ ਤੋਂ। ਹੁਣ ਗੁਰਬਾਣੀ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ 3 ਸੁਨਹਿਰੀ ਅਸੂਲ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਨੇ ਦਿੱਤੇ ਨੇ, ਜਿਹੜੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਸਾਨੂੰ ਸਾਰਿਆਂ ਨੂੰ ਇਹਨਾਂ ਦੇ ਅਰਥਾਂ ਦਾ ਚੰਗੀ ਤਰ੍ਹਾਂ ਪਤਾ ਹੈ। ਕਿਰਤ ਕਿਵੇਂ ਕਰਨੀ ਹੈ, ਨਾਮ ਜਪਣ ਬਾਰੇ ਥੋੜ੍ਹੇ ਜਿਹੇ ਭੁਲੇਖੇ ਨੇ, ਪਰ ਉਹ ਇੱਕ ਪੂਰਾ ਟੌਪਿਕ ਹੈ। ਨਾਮ ਜਪਣ ਦੇ ਨਾਮ ਦੇ ਉੱਤੇ ਜਿਵੇਂ ਵੀਰ ਜੀ ਨੇ ਪਹਿਲਾਂ ਦੱਸਿਆ ਕਿ ਸਾਨੂੰ ਬਹੁਤ ਸਾਰੇ ਪਖੰਡ ਜਿਹੜੇ ਨੇ ਉਹ ਸਿੱਖਾਂ ਦੇ ਵਿੱਚ ਜੁੜਨੇ ਸ਼ੁਰੂ ਹੋ ਗਏ ਨੇ, ਅਤੇ ਵੰਡ ਛਕੋ ਨੂੰ ਅਸੀਂ ਥੋੜ੍ਹਾ ਜਿਹਾ ਵੱਖਰੇ ਤਰੀਕੇ 'ਚ ਲੈ ਗਏ ਹਾਂ। ਅਸੀਂ ਵੰਡ ਛਕਣ ਨੂੰ ਸਿਰਫ ਲੰਗਰ ਲਾਉਣ ਦੇ ਉੱਤੇ ਲੈ ਗਏ ਹਾਂ ਕਿ ਲੰਗਰ ਲਗਾ ਦਿਓ, ਇਹੀ ਵੰਡ ਛਕਣਾ। ਪਰ ਵੰਡ ਛਕਣ ਦੀ ਜਿਹੜੀ ਡੈਫੀਨੇਸ਼ਨ ਹੈ ਬਹੁਤ ਵੱਡੀ ਹੈ, ਇਹਦਾ ਬਹੁਤ ਵਿਸਥਾਰ ਕੀਤਾ ਜਾ ਸਕਦਾ। ਤੁਹਾਡੇ ਕੋਲ ਕਿਹੜੀ ਚੀਜ਼ ਹੈ ਜਿਹੜੀ ਵੰਡੀ ਜਾ ਸਕਦੀ ਹੈ, ਇਹਦੇ ਬਾਰੇ ਸੋਚੋ। ਜ਼ਰੂਰੀ ਨਹੀਂ ਕਿ ਰੋਟੀ ਵੰਡਣੀ ਹੈ, ਜ਼ਰੂਰੀ ਨਹੀਂ ਪੈਸਾ ਵੰਡਣਾ। ਜੇ ਤੁਹਾਡੇ ਕੋਲ ਗਿਆਨ ਹੈ ਤਾਂ ਤੁਸੀਂ ਗਿਆਨ ਵੀ ਵੰਡ ਸਕਦੇ ਹੋ। ਤੁਹਾਡੇ ਕੋਲ ਚੰਗਾ ਕਮਾਈ ਕਰਨ ਦਾ ਸਾਧਨ ਹੈ, ਕਿਸ ਤਰੀਕੇ ਨਾਲ ਕਮਾਈ ਕੀਤੀ ਜਾ ਸਕਦੀ, ਕਾਰੋਬਾਰ ਕਿੱਦਾਂ ਖੋਲ੍ਹਿਆ ਜਾ ਸਕਦਾ, ਕਿਸੇ ਨੂੰ ਉਹ ਵੀ ਸਿਖਾ ਕੇ ਤੁਸੀਂ ਗਿਆਨ ਵੰਡ ਸਕਦੇ ਹੋ। ਕਿਸੇ ਨੂੰ ਰੁਜ਼ਗਾਰ ਵੰਡਣਾ, ਸਿੱਖਿਆ ਵੰਡਣੀ, ਚੰਗੇ ਕਰਮ ਵੰਡਣੇ, ਚੰਗੇ ਗੁਣ ਵੰਡਣੇ, ਇਹ ਵੀ ਸਾਰਾ ਕੁਝ ਵੰਡਣ ਦੇ ਵਿੱਚ ਆਉਂਦਾ ਹੈ। ਇਹਨੂੰ ਬਹੁਤ ਵਿਸਥਾਰ ਕੀਤਾ ਜਾ ਸਕਦਾ, ਪਰ ਇੱਕ ਮੈਂ ਸਿਰਫ ਟੂਕ ਮਾਤਰ ਤੁਹਾਨੂੰ ਦੱਸ ਰਿਹਾ ਕਿ ਅਸੀਂ ਇਸ ਚੀਜ਼ ਦੇ ਉੱਤੇ ਵੀ ਵਿਚਾਰ ਕਰੀਏ ਕਿ ਵੰਡਣ ਨੂੰ ਅਸੀਂ ਸਿਰਫ ਲੰਗਰ ਤੱਕ ਨਾ ਸੀਮਤ ਰੱਖੀਏ, ਵੰਡਣ ਦੀ ਡੈਫੀਨੇਸ਼ਨ ਨੂੰ ਦੂਰ ਤੱਕ ਲੈ ਕੇ ਜਾਈਏ। ਜੇ ਗੁਣ ਹੋਵਣ ਸਾਜਣਾ, ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀ ਹੈ। ਠੀਕ ਹੈ, ਮਾੜੇ ਗੁਣ ਛੱਡ ਕੇ ਚੰਗੇ ਗੁਣਾਂ ਦੀ ਸਾਂਝ ਜਿਹੜੀ ਹੈ ਉਹਨਾਂ ਨੂੰ ਕਰਨਾ ਸ਼ੁਰੂ ਕਰੀਏ, ਇਹ ਸਾਡਾ ਵੰਡਣ ਦਾ ਹੈ। ਕਿਰਤ ਕਰਨੀ ਅਸੀਂ ਸਾਰਿਆਂ ਨੇ, ਜੇ ਅਸੀਂ ਕਿਰਤ ਕਰਾਂਗੇ ਤਾਂ ਹੀ ਅਸੀਂ ਕੁਛ ਅੱਗੇ ਵੰਡ ਵੀ ਸਕਾਂਗੇ। ਜੇ ਅਸੀਂ ਵਿਹਲੇ ਰਹਾਂਗੇ ਤਾਂ ਸਾਡੀ ਕੋਈ ਬੁੱਕਤ ਨਹੀਂ ਹੈ। ਨਖੱਟੂ ਹੋ ਕੇ ਕੰਨ ਪੜਾਏ, ਗੁਰਪੀਰ ਸਦਾਏ ਮੰਗਣ ਜਾਏ, ਠੀਕ ਹੈ, ਤਾਂ ਕਿ ਮੂਲ ਨਾ ਲੱਗੀਏ ਪਾਏ। ਕਿ ਜਿਹੜੇ ਬਿਲਕੁਲ ਵਿਹਲੇ ਰਹਿ ਕੇ ਸਿਰਫ ਧਾਰਮਿਕ ਅਸਥਾਨਾਂ ਦੇ ਸਿਰ ਦੇ ਉੱਤੇ ਹੀ ਜੀ ਰਹੇ ਨੇ, ਠੀਕ ਹੈ, ਕਿਰਤ ਕਰਨੀ ਧਾਰਮਿਕ ਅਸਥਾਨ ਦੇ ਉੱਤੇ ਰਹਿ ਕੇ ਕਿਰਤ ਕਰਨੀ ਵੱਖਰੀ ਗੱਲ ਹੈ, ਪਰ ਸਿਰਫ ਬਾਬਾ ਬਣ ਕੇ ਬਹਿ ਜਾਣਾ,
ਤੇ ਫਿਰ ਲੋਕਾਂ ਦੇ ਕੋਲੋਂ ਪੈਸੇ ਕਮਾਈ ਜਾਣੇ, ਉਹਦੀ ਕੋਈ ਬੁੱਕਤ ਜਿਹੜੀ ਹੈ ਗੁਰਬਾਣੀ 'ਚ ਸਾਨੂੰ ਕਿਤੇ ਵੀ ਨਹੀਂ ਦਿੱਤੀ ਗਈ। ਇਸ ਚੀਜ਼ ਲਈ ਅਸੀਂ ਹੁਣ ਧਿਆਨ ਦੇਈਏ ਕਿ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਪਹਿਲ ਦੇਈਏ ਕਿ ਗੁਰੂ ਨਾਨਕ ਸਾਹਿਬ ਸਾਨੂੰ ਕਹਿਣਾ ਕੀ ਚਾਹੁੰਦੇ ਸਨ। ਟਾਈਮ ਬਹੁਤ ਸੀਮਿਤ ਹੈ, ਮੈਂ ਉਹਦੇ ਵਿੱਚ ਹੀ ਸਮੇਟਣਾ ਚਾਹਾਂਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਹੁਤ ਹੀ ਸੌਖਾ ਤਰੀਕਾ ਦਿੱਤਾ ਸੀ ਇੱਕ ਧਾਰਮਿਕ ਇਨਸਾਨ ਬਣਨ ਦਾ, ਇੱਕ ਆਮ ਇਨਸਾਨ ਬਣਨ ਦਾ, ਪਰ ਪਿਛਲੇ ਸਾਲਾਂ ਦੇ ਵਿੱਚ ਅਸੀਂ ਸਿੱਖੀ ਨੂੰ ਬਹੁਤ ਔਖਾ ਕਰਦੇ ਜਾ ਰਹੇ ਹਾਂ, ਇੰਨਾ ਕੁ ਔਖਾ ਕਰਦੇ ਜਾ ਰਹੇ ਹਾਂ ਕਿ ਹੁਣ ਲੋਕ ਜਿਹੜੇ ਨੇ ਉਹ ਇਹ ਸੋਚਦੇ ਨੇ ਕਿ ਸਿੱਖੀ ਨੂੰ ਅਪਣਾਉਣਾ ਬਹੁਤ ਔਖਾ ਹੈ ਅਤੇ ਅਸੀਂ ਪਹਿਲਾਂ ਆਪਣੀ ਸਾਰੀ ਜ਼ਿੰਦਗੀ 'ਚ ਐਸ਼ ਕਰ ਲਈਏ, ਜਦੋਂ ਸਾਨੂੰ ਲੱਗੇਗਾ ਕਿ ਹੁਣ ਸਾਡਾ ਸਰੀਰ ਕਿਸੇ ਕੰਮ ਦਾ ਨਹੀਂ ਰਿਹਾ ਉਸ ਵੇਲੇ ਅਸੀਂ ਜਿਹੜਾ ਹੈ ਸਿੱਖੀ ਨੂੰ ਅਪਣਾ ਲਈਏ, ਉਸ ਵੇਲੇ ਅਸੀਂ ਖੰਡੇ ਬਾਟੇ ਦੀ ਪੋਲ ਲੈ ਲਈਏ, ਉਸ ਵੇਲੇ ਅਸੀਂ ਨਾਮ ਜਪਣਾ ਸ਼ੁਰੂ ਕਰ ਦਈਏ, ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਈਏ, ਗੁਰਬਾਣੀ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦਈਏ। ਪਰ ਗੁਰਬਾਣੀ ਦੀਆਂ ਸਿਧਾਂਤ, ਗੁਰਬਾਣੀ ਦੀਆਂ ਸਿੱਖਿਆਵਾਂ ਇੰਨੀਆਂ ਕੁ ਸੌਖੀਆਂ ਨੇ ਕਿ ਬਾਕੀ ਸਾਰੇ ਧਰਮਾਂ, ਜੇ ਤੁਸੀਂ ਸੱਚੀ ਮੁੱਚੀ ਸਮਝੋ ਤਾਂ ਬਾਕੀ ਧਰਮਾਂ ਦੇ ਮੁਤਾਬਕ, ਬਾਕੀ ਧਰਮ ਅਕੀਦਿਆਂ ਦੇ ਮੁਤਾਬਕ ਸਿੱਖ ਬਣ ਕੇ ਜਿਉਣਾ ਬਹੁਤ ਹੀ ਸੌਖਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸਭ ਤੋਂ ਪਹਿਲੀ ਸਿੱਖਿਆ ਉਹੀ ਉਹਦੇ ਵਿੱਚ ਹੀ ਸਾਰਾ ਕੁਛ ਆਉਂਦਾ। ਸਭ ਤੋਂ ਪਹਿਲੀ ਸਿੱਖਿਆ ਇੱਕ ਤਾਂ ਸਾਨੂੰ ਦੱਸਤਾ ਕਿ ਪਰਮਾਤਮਾ ਕਿਸ ਪਰਮਾਤਮਾ ਨਾਲ ਜੋੜਿਆ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਦੇ ਵਿੱਚ, ਇੱਕ ਓਅੰਕਾਰ ਤੋਂ ਲੈ ਕੇ ਸਹਿਬੰਗ ਤੱਕ ਸਾਨੂੰ ਉਸ ਰੱਬ ਦਾ ਰੂਪ ਦੱਸ ਦਿੱਤਾ ਜਿਸ ਰੱਬ ਦੇ ਨਾਲ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਜੋੜਿਆ, ਅਤੇ ਨਾਲ ਦੱਸਦਾ ਕਿ ਗੁਰੂ ਦੀ ਕਿਰਪਾ ਦੇ ਨਾਲ ਇਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਅਤੇ ਸਭ ਤੋਂ ਪਹਿਲੀ ਸਿੱਖਿਆ ਜਪਜੀ ਸਾਹਿਬ ਜੀ, ਸਭ ਤੋਂ ਪਹਿਲੀ ਪੌੜੀ ਜਿਹਦੇ ਵਿੱਚ ਦੱਸਿਆ ਕਿ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ, ਸਾਰੇ ਤਰੀਕੇ ਰੱਦ ਕੀਤੇ, ਅਤੇ ਅਖੀਰਲੀ ਲਾਈਨ ਦੇ ਵਿੱਚ ਇੱਕੋ ਗੱਲ ਦੱਸਤੀ ਕਿਹੜੀ, ਕਿਵੇਂ ਸੱਚਿਆਰਾ ਹੋਈ ਹੈ, ਕਿਵੇਂ ਕੂੜੈ ਟੁੱਟੈ ਪਾਲ, ਕਿਵੇਂ ਸੱਚੇ ਬਣੇ ਜਾ ਸਕਦੇ ਨੇ, ਕਿਵੇਂ ਮੇਰੇ ਅਤੇ ਪਰਮਾਤਮਾ ਦੇ ਵਿਚਾਲੇ ਜਿਹੜੀ ਝੂਠ ਦੀ ਕੰਧ ਹੈ, ਪਾਲ ਮੈਣੇ ਪਰਦਾ ਕੰਧ, ਉਹ ਕਿੱਦਾਂ ਟੁੱਟ ਸਕਦੀ ਹੈ। ਸਿਰਫ ਇੱਕੋ ਹੀ ਤਰੀਕਾ, ਪੂਰੀ ਗੁਰਬਾਣੀ ਦਾ ਸਿਧਾਂਤ ਇੱਕੋ ਹੀ, ਕਿਹੜਾ, ਹੁਕਮ ਰਜ਼ਾਈ ਚੱਲਣਾ। ਪਰਮਾਤਮਾ ਦੀ ਰਜ਼ਾ ਦੇ ਵਿੱਚ ਅਸੀਂ ਜੇਕਰ ਰਹਿਣਾ ਸ਼ੁਰੂ ਕਰਦੇ ਹਾਂ, ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਹਾਂ, ਤਾਂ ਇਹ ਸਿੱਖੀ ਦਾ ਜੀਵਨ ਹੈਗਾ, ਇੱਕ ਸਿੱਖ ਦਾ ਜੀਵਨ ਹੈ। ਹੁਕਮ 'ਚ ਚੱਲਣਾ ਹੀ ਹੈ ਕਿ ਜਿਸ ਤਰ੍ਹਾਂ ਸਾਨੂੰ ਪਰਮਾਤਮਾ ਰੱਖਦਾ, ਜੇ ਦੁੱਖ ਆ ਰਹੇ ਨੇ ਸੁੱਖ ਆ ਰਹੇ ਨੇ, ਹਰ ਥਾਂ 'ਤੇ ਸ਼ੁਕਰਾਨਾ ਕਰੀਏ, ਉਹਨਾਂ ਨੂੰ ਦੁੱਖਾਂ ਨੂੰ ਜਰੀਏ ਉੱਥੇ ਰੋਣ ਨਾ ਲੱਗ ਜਾਈਏ, ਜੇ ਖੁਸ਼ੀਆਂ ਆਈਆਂ ਨੇ ਤਾਂ ਇੱਕਦਮ ਹੀ ਅਸੀਂ ਬਹੁਤ ਜ਼ਿਆਦਾ ਉਤਸ਼ਾਹਤ ਨਾ ਹੋ ਜਾਈਏ, ਇੱਕ ਬੈਲੈਂਸ ਲਾਈਫ ਨੂੰ ਜੀਏ। ਇਹੀ ਇੱਕ ਸਿੱਖੀ ਦਾ ਜਿਹੜਾ ਹੈ ਮੁੱਢਲਾ ਸਿਧਾਂਤ ਹੈ, ਅਤੇ ਇਹਦੇ ਆਲੇ ਦੁਆਲੇ ਹੀ ਸਿੱਖੀ ਸਾਰੀ ਬੁਣੀ ਹੋਈ ਹੈ। ਅਤੇ ਅਸੀਂ ਕੋਸ਼ਿਸ਼ ਕਰੀਏ, ਅੱਜ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਕੁਝ ਸਿੱਖਿਆਵਾਂ ਨੂੰ ਪੜ੍ਹੀਏ, ਵਾਚੀਏ, ਅਤੇ ਕੋਸ਼ਿਸ਼ ਕਰੀਏ ਥੋੜ੍ਹਾ ਥੋੜ੍ਹਾ ਕਰਕੇ ਆਪਣੇ ਜੀਵਨ ਦੇ ਵਿੱਚ ਢਾਲੀਏ। ਇੰਨੇ ਕੁ ਬਚਨ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਬਾਣੀ ਦੀ ਗੱਲ ਕਰਦੇ ਹਾਂ, ਗੁਰਬਾਣੀ ਦੀ ਗੱਲ ਕਰਦੇ ਹਾਂ, ਗੁਰਮਤਿ ਵਿਚਾਰਾਂ ਕਰਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਲਈ ਖਿਮਾ। ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।